ਦੇਖੋ ਗਰਮੀ ਜਾਂ ਸਰਦੀ ਜਿਹੜੀ ਬਾਡੀ ਹੈ ਤੁਹਾਡੀ ਆਪਣੇ ਆਪ ਡਿਮਾਂਡ ਕਰਦੀ ਹੈ ਕਿ ਅਸੀਂ ਕਿੰਨਾ ਪਾਣੀ ਪੀਣਾ, ਜਿਹਦੀ ਡਿਮਾਂਡ ਡਿਪੈਂਡ ਕਰਦੀ ਹੈ ਤੁਹਾਡੀ ਏਜ 'ਤੇ, ਤੁਹਾਡੀ ਫਿਜ਼ੀਕਲ ਐਕਟੀਵਿਟੀ 'ਤੇ, ਤੁਹਾਡੇ ਇਨਵਾਇਰਮੈਂਟ 'ਤੇ। ਸਪੋਜ਼ ਕੋਈ ਤੁਸੀਂ ਮਤਲਬ ਪਰਸਨ ਹੈ ਜਿਹੜਾ ਏਸੀ ਰੂਮ 'ਚ ਬੈਠ ਕੇ ਕੰਮ ਕਰ ਰਿਹਾ, ਉਹਨੂੰ ਜ਼ਿਆਦਾ ਪਿਆਸ ਨਹੀਂ ਲੱਗੇਗੀ ਕਿਉਂਕਿ ਉਹ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਿਹਾ, ਕੋਈ ਸਵੈਟਿੰਗ ਨਹੀਂ ਹੋ ਰਹੀ। ਬਟ ਇਹ ਹੈ ਕਿ ਜਿਹੜੇ ਲੋਕ ਲੇਬਰ ਵਰਕ ਕਰ ਰਹੇ ਆ ਜਾਂ ਬੱਚੇ ਸਕੂਲ ਜਾ ਰਹੇ ਆ, ਕੋਈ ਵੀ ਮਤਲਬ ਅਗਰ ਹਾਊਸ ਵਾਈਫ ਨੇ ਕਿਚਨ 'ਚ ਕੰਮ ਕਰ ਰਹੀ ਹੈ, ਜਿਹਨਾਂ ਨੂੰ ਸਵੈਟਿੰਗ ਹੋ ਰਹੀ ਹੈ, ਤਾਂ ਬਾਡੀ ਜਿਹੜੀ ਆ ਆਟੋਮੈਟਿਕਲੀ ਪਾਣੀ ਮੰਗਦੀ। ਬਟ ਫਿਰ ਵੀ ਜੇ ਕਈਆਂ ਨੂੰ ਇਹ ਮਨ 'ਚ ਆਉਂਦਾ ਕਿ ਨਹੀਂ ਜੀ ਅਸੀਂ ਉੱਦਿਆਂ ਸਾਰ 2 ਗਲਾਸ ਪਾਣੀ ਪੀ ਲੈਂਦੇ ਹਾਂ, 3 ਗਲਾਸ ਪਾਣੀ ਪੀ ਲੈਂਦੇ ਹਾਂ, ਹਰ ਚੀਜ਼ ਜਿਹੜੀ ਹੈ ਨਾ ਤੁਹਾਡੀ ਬਾਡੀ ਉਹਦੇ ਅਕੋਰਡਿੰਗ ਚੱਲੋ। ਕਿਉਂਕਿ ਅਗਰ ਅਸੀਂ ਖਾਣਾ, ਅਸੀਂ ਰੋਟੀ 2 ਖਾਂਦੇ ਹਾਂ ਜਾਂ 3 ਖਾਂਦੇ ਹਾਂ, ਆਪਣੀ ਭੁੱਖ ਦੇ ਹਿਸਾਬ ਨਾਲ ਖਾਂਦੇ ਹਾਂ। ਉਸੇ ਤਰ੍ਹਾਂ ਪਾਣੀ ਦਾ ਹਿਸਾਬ ਹੈ ਕਿ ਜਿੰਨਾ ਬਾਡੀ ਮੰਗੇ ਉਹ ਨਹੀਂ। ਇਹ ਸੋਚ ਲਓ ਕਿ ਤੁਸੀਂ ਪੜ੍ਹ ਲਿਆ ਜੀ ਅੱਜ 2 ਲੀਟਰ ਪਾਣੀ ਪੀਣਾ ਚਾਹੀਦਾ, ਤਾਂ ਮੈਂਪੀ ਜਾਣਾ ਨਹੀਂ, ਉਹ ਵੀ ਨੁਕਸਾਨ ਕਰ ਸਕਦਾ। ਜੇ ਅਗਰ ਤੁਹਾਨੂੰ ਪਿਆਸ ਤੋਂ ਨਹੀਂ ਆਈਡੀਆ ਹੁੰਦਾ, ਤਾਂ ਤੁਹਾਡੇ ਯੂਰੀਨ ਦਾ ਕਲਰ ਦੱਸ ਸਕਦਾ ਕਿ ਤੁਹਾਨੂੰ ਪਾਣੀ ਦੀ ਬਾਡੀ ਨੂੰ ਲੋੜ ਹੈ ਕਿ ਨਹੀਂ ਹੈ। ਅਗਰ ਯੂਰੀਨ ਤੁਹਾਨੂੰ ਡਾਰਕ ਕਲਰ ਦਾ ਆ ਰਿਹਾ, ਸਭ ਇੱਕ ਕਾਰਨ ਮਤਲਬ ਡਾਰਕ ਕਲਰ ਯੂਰੀਨ ਆਉਣ ਦਾ ਇੱਕ ਕਾਰਨ ਘੱਟ ਬਾਡੀ ਵਿੱਚ ਘੱਟ ਪਾਣੀ ਵੀ ਹੋ ਸਕਦਾ ਹੈ। ਮਤਲਬ ਜਿੰਨਾ ਸਰੀਰ ਮੰਗਦਾ ਓਨਾ ਹੀ ਪਾਣੀ ਪੀਣਾ ਚਾਹੀਦਾ, ਓਵਰ ਪਾਣੀ ਵੀ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਬਿਲਕੁਲ, ਕੋਈ ਵੀ ਚੀਜ਼ ਹੈ, ਹਵਾ ਵੀ ਅੰਦਰ ਐਕਸਟਰਾ ਜਾਏਗੀ ਤਾਂ ਉਹ ਵੀ ਨੁਕਸਾਨ ਕਰੇਗੀ, ਠੀਕ ਹੈ ਨਾ। ਪੇਟ ਵੀ ਜਿਹੜਾ ਫਿਰ ਤੁਹਾਨੂੰ ਲੱਗਦਾ ਕਿ ਲੋਕ ਕਹਿੰਦੇ ਪੇਟ ਆਫਰ ਜਾਂਦਾ ਪਾਣੀ ਪੀ ਕੇ, ਤਾਂ ਫਿਰ ਉਹੀ ਹੈ ਜਿੰਨਾ ਬਾਡੀ ਐਬਜ਼ੋਰਬ ਕਰ ਰਹੀ ਹੈ, ਐਸਿਮੀਲੇਟ ਕਰ ਰਹੀ ਹੈ, ਜਾਂ ਜਿੰਨਾ ਹਜ਼ਮ ਕਰ ਸਕਦੀ ਚੀਜ਼ ਓਨੀ ਹੀ ਬਾਡੀ ਨੂੰ ਤੁਸੀਂ ਤੁਹਾਨੂੰ ਦਿਓ। ਸੋ ਮੈਮ ਹੁਣ ਇਲੈਕਸ਼ਨਸ ਵੀ ਆ ਰਹੀਆਂ ਨੇ ਤੇ ਪ੍ਰਚਾਰ ਵੀ ਲੋਕ ਕਰਨ ਜਾਂਦੇ ਨੇ, ਸੋ ਉਹਨਾਂ ਨੂੰ ਕੀ ਰਾਏ ਦੇਣੀ ਚਾਹੋਗੇ ਕਿ ਗਰਮੀ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਕੀ ਧਿਆਨ ਦੇਣਾ ਚਾਹੀਦਾ? ਦੇਖੋ, ਪ੍ਰਚਾਰ ਕਰਨਾ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਜਿਹੜਾ ਪੀਕ ਟਾਈਮ ਹੈ ਨੂਨ 12 ਤੋਂ ਲੈ ਕੇ 4 ਵਜੇ ਤੱਕ, ਉਹ ਟਾਈਮ ਸਭ ਨੂੰ ਵੈਸੇ ਤਾਂ ਬਾਹਰ ਨਿਕਲਣਾ ਅਵੋਇਡ ਹੀ ਕਰਨਾ ਚਾਹੀਦਾ, ਜੋ ਅੱਜ ਕੱਲ੍ਹ ਮੌਸਮ 40 ਦੇ ਕਰੀਬ ਜਿਹੜਾ ਪਹੁੰਚ ਚੁੱਕਾ ਹੈ ਟੈਂਪਰੇਚਰ ਜਿਹੜਾ, ਠੀਕ ਹੈ ਨਾ। ਇਸ ਕਰਕੇ ਜਿਹੜਾ ਪ੍ਰਚਾਰ ਹੈ, ਜਾਂ ਤੁਸੀਂ ਮਾਰਨਿੰਗ ਕਰੋ 8 ਤੋਂ 11 ਜੋ ਵੀ ਟਾਈਮ ਤੁਹਾਨੂੰ ਸੂਟ ਕਰਦਾ, ਜਾਂ ਈਵਨਿੰਗ 5 ਵਜੇ ਤੋਂ ਬਾਅਦ, ਕਿਉਂਕਿ ਜਿਹੜਾ ਦੁਪਹਿਰ ਵਾਲਾ ਟਾਈਮ ਹੈ ਉਹ ਤਾਂ ਤੁਹਾਨੂੰ ਬਿਮਾਰ ਕਰੇਗਾ ਹੀ। ਜੇ ਗੱਲ ਕਰੀਏ ਬੱਚੇ ਸਕੂਲ ਜਾਂਦੇ ਨੇ, ਅਸੈਂਬਲੀ ਦੇ ਵਿੱਚ ਬਹੁਤ ਵਾਰ ਹੁੰਦਾ ਬੱਚੇ ਗਿਰ ਜਾਂਦੇ ਨੇ ਗਰਮੀ ਦੇ ਨਾਲ, ਸੋ ਉਹਨਾਂ ਨੂੰ ਵੀ ਬਸ ਲੈਮਨ ਵਾਟਰ ਦੇਣਾ ਚਾਹੀਦਾ ਜਾਂ ਹੋਰ ਵੀ ਕੋਈ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ? ਦੇਖੋ, ਜਦੋਂ ਬੱਚਾ ਗਿਰ ਜਾਂਦਾ ਇੱਕਦਮ, ਤਾਂ ਉਹਦੀ ਮਤਲਬ ਕੀ ਹੈ ਕਿ ਬਾਡੀ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਲੋਅ ਹੋਇਆ, ਬ੍ਰੇਨ ਨੂੰ ਜਿਹੜੀ ਸਪਲਾਈ ਬਲੱਡ ਦੀ ਇੱਕਦਮ ਖਤਮ ਹੋਈ ਹੈ, ਤਾਂ ਹੀ ਬੱਚਾ ਗਿਰਿਆ, ਠੀਕ ਹੈ ਨਾ। ਅਤੇ ਕਦੇ ਵੀ ਉਹਨੂੰ ਇੱਕਦਮ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕਰੋ। ਜਿਹੜਾ ਬੱਚਾ ਬੇਹੋਸ਼ ਹੋਇਆ ਉਹਨੂੰ ਸਿੱਧਾ ਲਟਾਓ, ਉਹਦੀ ਸ਼ੂਜ਼ ਸੌਕਸ ਵਗੈਰਾ ਉਤਾਰ ਦਿਓ, ਖੁੱਲ੍ਹੀ ਹਵਾ ਆਉਣ ਦਿਓ, ਤਾਂ ਕਿ ਬੱਚਾ ਜਦੋਂ ਥੋੜ੍ਹਾ ਜਿਹਾ ਲੱਗੇ ਕਿ ਹਾਂ ਇਹ ਬੈਟਰ ਹੋਇਆ, ਫਿਰ ਉਹਨੂੰ ਥੋੜ੍ਹਾ ਬਹੁਤ ਮੂੰਹ 'ਚ ਜੋ ਵੀ, ਔਰ ਕਦੇ ਵੀ ਲੇਟੇ ਹੋਏ ਬੱਚੇ ਦੇ ਮੂੰਹ 'ਚ ਕੋਈ ਚੀਜ਼ ਨਹੀਂ ਪਾਣੀ ਚਾਹੀਦੀ, ਕਿਉਂਕਿ ਉਹ ਸਾਹ ਵਾਲੀ ਨਾਲ ਵੀ ਜਾਣ ਦਾ ਡਰ ਹੁੰਦਾ। ਗਰਮੀਆਂ 'ਚ ਜ਼ਿਆਦਾ ਪਾਣੀ ਪੀਣਾ ਵੀ ਤੁਹਾਨੂੰ ਨੁਕਸਾਨ ਦੇ ਸਕਦਾ, ਇਹ ਮੈਂ ਨਹੀਂ ਇੱਕ ਰਿਸਰਚ ਕਹਿ ਰਹੀ ਹੈ, ਪਰ ਜੇ ਡਾਕਟਰਸ ਦੇ ਨਾਲ ਗੱਲ ਕਰੀਏ ਤਾਂ ਆਪਾਂ ਜਾਣਾਂਗੇ ਕਿ ਆਖਿਰ ਕਿੰਨਾ ਪਾਣੀ ਦਿਨ ਦੇ ਵਿੱਚ ਪੀਣਾ ਚਾਹੀਦਾ ਤੇ ਹੋਰ ਗਰਮੀ ਦੇ ਵਿੱਚ ਕਿਹੜੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਸੋ ਅੱਜ ਸੁਪ੍ਰੀਤ ਹੋਮਿਓ ਕਲੀਨਿਕ ਦੇ ਵਿੱਚ ਅਸੀਂ ਹੈਗੇ ਹਾਂ, ਜਿੱਥੇ ਡਾਕਟਰ ਦਮਨੀਤ ਨਾਲ ਅਸੀਂ ਗੱਲਬਾਤ ਕਰਾਂਗੇ ਆਖਿਰ ਕਿਹੜੀਆਂ ਚੀਜ਼ਾਂ ਦਾ ਇਸ ਗਰਮੀ ਦੇ ਮੌਸਮ ਦੇ ਵਿੱਚ ਧਿਆਨ ਰੱਖਣਾ ਚਾਹੀਦਾ। ਸੋ ਆਓ ਪਹਿਲਾਂ ਗੱਲਬਾਤ ਕਰ ਲੈਣਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਗਰਮੀ ਆ ਗਈ ਹੈ, ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਆਏ ਹਾਂ, ਗਰਮੀ ਦੇ ਵਿੱਚ ਪਹਿਲਾਂ ਤਾਂ ਪਾਣੀ ਕਿੰਨਾ ਪੀਣਾ ਚਾਹੀਦਾ? ਦੇਖੋ, ਗਰਮੀ ਜਾਂ ਸਰਦੀ ਜਿਹੜੀ ਬਾਡੀ ਹੈ ਤੁਹਾਡੀ ਆਪਣੇ ਆਪ ਡਿਮਾਂਡ ਕਰਦੀ ਹੈ ਕਿ ਅਸੀਂ ਕਿੰਨਾ ਪਾਣੀ ਪੀਣਾ, ਜਿਹਦੀ ਡਿਮਾਂਡ ਡਿਪੈਂਡ ਕਰਦੀ ਹੈ ਤੁਹਾਡੀ ਏਜ 'ਤੇ, ਤੁਹਾਡੀ ਫਿਜ਼ੀਕਲ ਐਕਟੀਵਿਟੀ 'ਤੇ, ਤੁਹਾਡੇ ਇਨਵਾਇਰਮੈਂਟ 'ਤੇ। ਸਪੋਜ਼ ਕੋਈ ਤੁਸੀਂ ਮਤਲਬ ਪਰਸਨ ਹੈ ਜਿਹੜਾ ਏਸੀ ਰੂਮ 'ਚ ਬੈਠ ਕੇ ਕੰਮ ਕਰ ਰਿਹਾ, ਉਹਨੂੰ ਜ਼ਿਆਦਾ ਪਿਆਸ ਨਹੀਂ ਲੱਗੇਗੀ ਕਿਉਂਕਿ ਉਹ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਿਹਾ, ਕੋਈ ਸਵੈਟਿੰਗ ਨਹੀਂ ਹੋ ਰਹੀ। ਬਟ ਇਹ ਹੈ ਕਿ ਜਿਹੜੇ ਲੋਕ ਲੇਬਰ ਵਰਕ ਕਰ ਰਹੇ ਆ ਜਾਂ ਬੱਚੇ ਸਕੂਲ ਜਾ ਰਹੇ ਆ, ਕੋਈ ਵੀ ਮਤਲਬ ਅਗਰ ਹਾਊਸ ਵਾਈਫ ਨੇ ਕਿਚਨ 'ਚ ਕੰਮ ਕਰ ਰਹੀ ਹੈ, ਜਿਹਨਾਂ ਨੂੰ ਸਵੈਟਿੰਗ ਹੋ ਰਹੀ ਹੈ, ਤਾਂ ਬਾਡੀ ਜਿਹੜੀ ਆ ਆਟੋਮੈਟਿਕਲੀ ਪਾਣੀ ਮੰਗਦੀ ਹੈ। ਬਟ ਫਿਰ ਵੀ ਜੇ ਕਈਆਂ ਨੂੰ ਇਹ ਮਨ 'ਚ ਆਉਂਦਾ ਕਿ ਨਹੀਂ ਜੀ ਅਸੀਂ ਉੱਦਿਆਂ ਸਾਰ 2 ਗਲਾਸ ਪਾਣੀ ਪੀ ਲੈਂਦੇ ਹਾਂ, 3 ਗਲਾਸ ਪਾਣੀ ਪੀ ਲੈਂਦੇ ਹਾਂ, ਹਰ ਚੀਜ਼ ਜਿਹੜੀ ਹੈ ਨਾ ਤੁਹਾਡੀ ਬਾਡੀ ਉਹਦੇ ਅਕੋਰਡਿੰਗ ਚੱਲੋ। ਕਿਉਂਕਿ ਅਗਰ ਅਸੀਂ ਖਾਣਾ, ਅਸੀਂ ਰੋਟੀ 2 ਖਾਂਦੇ ਹਾਂ ਜਾਂ 3 ਖਾਂਦੇ ਹਾਂ, ਆਪਣੀ ਭੁੱਖ ਦੇ ਹਿਸਾਬ ਨਾਲ ਖਾਂਦੇ ਹਾਂ। ਉਸੇ ਤਰ੍ਹਾਂ ਪਾਣੀ ਦਾ ਹਿਸਾਬ ਹੈ ਕਿ ਜਿੰਨਾ ਬਾਡੀ ਮੰਗੇ ਉਹ ਨਹੀਂ। ਇਹ ਸੋਚ ਲਓ ਕਿ ਤੁਸੀਂ ਪੜ੍ਹ ਲਿਆ ਜੀ ਅੱਜ 2 ਲੀਟਰ ਪਾਣੀ ਪੀਣਾ ਚਾਹੀਦਾ, ਮੈਂ ਪੀ ਜਾਣਾ ਨਹੀਂ, ਉਹ ਵੀ ਨੁਕਸਾਨ ਕਰ ਸਕਦਾ ਤੁਹਾਡੀ। ਅਗਰ ਤੁਹਾਨੂੰ ਪਿਆਸ ਤੋਂ ਨਹੀਂ ਆਈਡੀਆ ਹੁੰਦਾ, ਤਾਂ ਤੁਹਾਡੇ ਯੂਰੀਨ ਦਾ ਕਲਰ ਦੱਸ ਸਕਦਾ ਕਿ ਤੁਹਾਨੂੰ ਪਾਣੀ ਦੀ ਬਾਡੀ ਨੂੰ ਲੋੜ ਹੈ ਕਿ ਨਹੀਂ ਹੈ। ਅਗਰ ਯੂਰੀਨ ਤੁਹਾਨੂੰ ਡਾਰਕ ਕਲਰ ਦਾ ਆ ਰਿਹਾ, ਸਭ ਇੱਕ ਕਾਰਨ ਮਤਲਬ ਡਾਰਕ ਕਲਰ ਯੂਰੀਨ ਆਉਣ ਦਾ ਇੱਕ ਕਾਰਨ ਘੱਟ ਬਾਡੀ ਵਿੱਚ ਘੱਟ ਪਾਣੀ ਵੀ ਹੋ ਸਕਦਾ ਹੈ।
ਬਾਕੀ ਹੋਰ ਕਾਰਨ ਵੀ ਹੈਗੇ ਜਿੱਦਾਂ ਕੋਈ ਤੁਸੀਂ ਅਗਰ ਬੀ ਕੰਪਲੈਕਸ ਵਗੈਰਾ ਲੈ ਰਹੇ ਹੋ ਜਾਂ ਹੋਰ ਕੋਈ ਮੈਡੀਸਨ ਲੈ ਰਹੇ ਹੋ ਤਾਂ ਵੀ ਯੂਰਿਨ ਪੀਲਾ ਆ ਸਕਦਾ ਹੈ, ਬਟ ਜਿਹੜਾ ਕੋਈ ਇਹ ਚੀਜ਼ ਨੋਰਮਲ ਹੈਲਦੀ ਇੰਡੀਵਿਜੁਅਲ ਹੈ ਅਗਰ ਉਹਦੇ ਵਿੱਚ ਯੂਰਿਨ ਪੀਲਾ ਆ ਰਿਹਾ ਤਾਂ ਉਹਦਾ ਕਾਰਨ ਇਹ ਹੈ ਕਿ ਉਹ ਪਾਣੀ ਦੀ ਮਾਤਰਾ ਉਹਦੇ ਬਾਡੀ ਵਿੱਚ ਘੱਟ ਹੈ ਜੀ। ਸੋ ਉਦੋਂ ਉਹਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ, ਰਾਈਟ? ਅਦਰਵਾਈਜ਼ ਉਹਨਾਂ ਨੂੰ ਜ਼ਿਆਦਾ ਪਾਣੀ ਪੀਣ ਤੋਂ ਵੀ ਅਵੋਇਡ ਹੋਣਾ ਕਰਨਾ ਚਾਹੀਦਾ। ਹਾਂ ਬਿਲਕੁਲ, ਦੇਖੋ ਕੋਈ ਵੀ ਚੀਜ਼ ਹੈ ਜਿਹੜੀ ਵੀ ਅਸੀਂ ਐਕਸੈਸ ਲਾਂਗੇ ਬਾਡੀ ਦੇ ਵਿੱਚ, ਬਾਡੀ ਨੂੰ ਉਸ ਚੀਜ਼ ਨੂੰ ਡਾਈਜੈਸਟ ਕਰਨ 'ਚ ਮੁਸ਼ਕਿਲ ਆਏਗੀ, ਤੁਹਾਨੂੰ ਖੁਦ ਨੂੰ ਪ੍ਰੋਬਲਮ ਆਏਗੀ, ਪੇਟ ਭਾਰਾ ਲੱਗੇਗਾ, ਅਤੇ ਬਾਡੀ 'ਚ ਓਨੀ ਅਗਰ ਅਸੀਂ ਰੋਟੀ ਨਹੀਂ ਬਾਅਦ ਖਾ ਸਕਦੇ, ਕੋਈ ਚੀਜ਼ ਫਾਲਤੂ ਅੰਦਰ ਵੈਸੇ ਨਹੀਂ ਖਾ ਸਕਦੇ ਜਿੰਨੀ ਭੁੱਖ ਹੈ ਉਨੀ ਖਾਵਾਂਗੇ ਨਾ, ਤਾਂ ਉਹੀ ਉਸੇ ਤਰ੍ਹਾਂ ਹੀ ਹੈ, ਪਾਣੀ ਵੀ ਉਹਨਾਂ ਨੂੰ ਜਿੰਨੀ ਤੁਹਾਨੂੰ ਪਿਆਸ ਹੈ। ਕਿਤੋਂ ਪੜ ਕੇ ਨਹੀਂ ਕਿ ਅੱਜ 2 ਲੀਟਰ ਪਾਣੀ ਪੀਣਾ ਤਾਂ ਉਸ ਵਾਸਤੇ ਤੁਸੀਂ 2 ਲੀਟਰ ਪਾਣੀ ਦਿੰਦਾ ਪੀ ਚਲੋ, ਉਹ ਨਹੀਂ ਹੋਣਾ ਚਾਹੀਦਾ। ਮਤਲਬ ਜਿੰਨਾ ਸਰੀਰ ਮੰਗਦਾ ਓਨਾ ਹੀ ਪਾਣੀ ਪੀਣਾ ਚਾਹੀਦਾ, ਓਵਰ ਪਾਣੀ ਵੀ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਬਿਲਕੁਲ, ਕੋਈ ਵੀ ਚੀਜ਼ ਹੈ, ਹਵਾ ਵੀ ਅੰਦਰ ਐਕਸਟਰਾ ਜਾਏਗੀ ਤਾਂ ਉਹ ਵੀ ਨੁਕਸਾਨ ਕਰੇਗੀ, ਠੀਕ ਹੈ ਨਾ। ਪੇਟ ਵੀ ਜਿਹੜਾ ਫਿਰ ਤੁਹਾਨੂੰ ਲੱਗਦਾ ਕਿ ਲੋਕ ਕਹਿੰਦੇ ਪੇਟ ਆਫਰ ਜਾਂਦਾ ਪਾਣੀ ਪੀ ਕੇ, ਤਾਂ ਫਿਰ ਉਹੀ ਹੈ ਜਿੰਨਾ ਬਾਡੀ ਐਬਜ਼ੋਰਬ ਕਰ ਰਹੀ ਹੈ, ਐਸੀਮੀਲੇਟ ਕਰ ਰਹੀ ਹੈ, ਜਾਂ ਜਿੰਨਾ ਹਜ਼ਮ ਕਰ ਸਕਦੀ ਚੀਜ਼ ਓਨੀ ਹੀ ਬਾਡੀ ਨੂੰ ਤੁਸੀਂ ਤੁਹਾਨੂੰ ਦਿਓ ਜੀ। ਸੋ ਮੈਮ, ਗਰਮੀ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਅਸੀਂ ਖਾ ਪੀ ਸਕਦੇ ਹਾਂ ਇਹ ਵੀ ਜ਼ਰੂਰ ਦੱਸ ਦਿਓ। ਦੇਖੋ, ਗਰਮੀ ਜਾਂ ਸਰਦੀ ਕੋਈ ਵੀ ਮੌਸਮ ਹੈ, ਅਤੇ ਗਰਮੀ ਵਿੱਚ ਇਹੀ ਹੈ ਕਿ ਅਗਰ ਪਾਣੀ ਦੀ ਇਨਟੇਕ ਵੈਸੇ ਵੀ ਵੱਧ ਜਾਂਦੀ ਸਭ ਲੋਕਾਂ ਦੀ, ਇਸ ਕਰਕੇ ਬਾਡੀ ਜਿਹੜੀ ਹੈ ਉਹ ਤੁਹਾਨੂੰ ਹਮੇਸ਼ਾ ਚੀਜ਼ ਮੰਗੇਗੀ ਕੋਈ ਅੱਛੀ ਰਿਫਰੈਸ਼ਿੰਗ ਚੀਜ਼ ਹੋਏ। ਖਾਸ ਕਰਕੇ ਬੱਚੇ ਨੇ, ਦੌੜਦੇ ਆ, ਭੱਜਦੇ ਆ, ਸਕੂਲ ਜਾਂਦੇ ਆ, ਉਹਨਾਂ ਲਈ ਵੀ ਜ਼ਰੂਰੀ ਹੈ ਕਿ ਤੁਸੀਂ ਸਭ ਤੋਂ ਅੱਛੀ ਚੀਜ਼ ਜਿਹੜੀ ਬੈਸਟ ਟਾਈਮ ਤੋਂ ਚੱਲੀ ਆ ਰਹੀ ਹੈ ਉਹ ਹੈ ਨਿੰਬੂ ਪਾਣੀ, ਕਿਉਂਕਿ ਨਿੰਬੂ ਦੇ ਵਿੱਚ ਆਪਣੇ ਆਪ 'ਚ ਹੀ ਐਂਟੀ ਬੈਕਟੀਰੀਅਲ, ਐਂਟੀ ਆਕਸੀਡੈਂਟ ਪ੍ਰੋਪਰਟੀਜ਼ ਨੇ ਕਿ ਜਿਹੜੀਆਂ ਸਾਨੂੰ, ਇੱਕ ਤਾਂ ਚਲੋ ਵਾਈਟਾਮਿਨ ਸੀ ਹੈ ਨਿੰਬੂ, ਸਭ ਨੂੰ ਪਤਾ ਹੀ ਹੈ, ਠੀਕ ਹੈ ਨਾ, ਇੱਕ ਹਾਂ, ਅਤੇ ਦੂਸਰਾ ਉਹ ਰਿਫਰੈਸ਼ਿੰਗ ਹੈ, ਤੀਸਰਾ ਉਹਦੀ ਜਿਹੜੀਆਂ ਇਹ ਪ੍ਰੋਪਰਟੀਜ਼ ਨੇ ਇਹ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ, ਜਿਹੜੀ ਸਾਡੇ ਸਨਬਰਨ ਹੋ ਜਾਂਦੇ ਗਰਮੀਆਂ ਦੇ ਵਿੱਚ, ਸਨ ਸਕਿਨ ਖਰਾਬ ਹੋ ਜਾਂਦੀ, ਉਸ ਚੀਜ਼ ਤੋਂ ਵੀ ਬਚਾਉਂਦਾ। ਕਿ ਸਭ ਤੋਂ ਅੱਛੀ ਜਿਹੜੀ ਚੀਜ਼ ਹੈ ਨਾ, ਬੱਚਿਆਂ ਨੂੰ ਨਿੰਬੂ ਪਾਣੀ ਦਿਓ, ਮਤਲਬ ਜਿਹੜਾ ਵੀ ਬੰਦਾ ਧੁੱਪੇ ਜਾ ਰਿਹਾ ਜੋ ਵੀ ਹੈ, ਤੁਸੀਂ ਐਕਸੈਸ ਚੀਨੀ ਨਹੀਂ ਪਾਓ ਵਿੱਚ, ਐਕਸੈਸ ਮਿੱਠਾ ਨਹੀਂ ਪਾਓ, ਨਮਕ ਪਾ ਕੇ, ਕਾਲਾ ਨਮਕ ਪਾ ਕੇ, ਕਾਲੀ ਮਿਰਚ ਪਾ ਕੇ, ਜੋ ਵੀ ਤੁਹਾਨੂੰ ਸੂਟ ਕਰਦੀ ਉਹ ਚੀਜ਼ ਲੈ ਕੇ ਨਿੰਬੂ ਪਾਣੀ ਜਿਹੜਾ ਹੈ ਸਭ ਤੋਂ ਬੈਸਟ, ਰਿਫਰੈਸ਼ਿੰਗ ਔਰ ਅੱਛੀ ਚੀਜ਼ ਜੀ। ਸੋ ਮੈਮ, ਹੁਣ ਇਲੈਕਸ਼ਨਸ ਵੀ ਆ ਰਹੀਆਂ ਨੇ ਤੇ ਪ੍ਰਚਾਰ ਵੀ ਲੋਕ ਕਰਨ ਜਾਂਦੇ ਨੇ, ਸੋ ਉਹਨਾਂ ਨੂੰ ਕੀ ਰਾਏ ਦੇਣੀ ਚਾਹੋਗੇ ਕਿ ਗਰਮੀ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਕੀ ਧਿਆਨ ਦੇਣਾ ਚਾਹੀਦਾ? ਦੇਖੋ, ਪ੍ਰਚਾਰ ਕਰਨਾ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਜਿਹੜਾ ਪੀਕ ਟਾਈਮ ਹੈ ਨੂਨ, 12 ਤੋਂ ਲੈ ਕੇ 4 ਵਜੇ ਤੱਕ, ਉਹ ਟਾਈਮ ਸਭ ਨੂੰ ਵੈਸੇ ਤਾਂ ਬਾਹਰ ਨਿਕਲਣਾ ਅਵੋਇਡ ਹੀ ਕਰਨਾ ਚਾਹੀਦਾ, ਜੋ ਅੱਜ ਕੱਲ੍ਹ ਮੌਸਮ 40 ਦੇ ਕਰੀਬ ਜਿਹੜਾ ਪਹੁੰਚ ਚੁੱਕਾ ਹੈ ਟੈਂਪਰੇਚਰ ਜਿਹੜਾ, ਠੀਕ ਹੈ ਨਾ। ਇਸ ਕਰਕੇ ਜਿਹੜਾ ਪ੍ਰਚਾਰ ਹੈ, ਜਾਂ ਤੁਸੀਂ ਮਾਰਨਿੰਗ ਕਰੋ 8 ਤੋਂ 11 ਜੋ ਵੀ ਟਾਈਮ ਤੁਹਾਨੂੰ ਸੂਟ ਕਰਦਾ, ਜਾਂ ਈਵਨਿੰਗ 5 ਵਜੇ ਤੋਂ ਬਾਅਦ, ਕਿਉਂਕਿ ਜਿਹੜਾ ਦੁਪਹਿਰ ਵਾਲਾ ਟਾਈਮ ਹੈ ਉਹ ਤਾਂ ਤੁਹਾਨੂੰ ਬਿਮਾਰ ਕਰੇਗਾ ਹੀ, ਕਿਉਂਕਿ ਇੰਨੀ ਜ਼ਿਆਦਾ ਜਿਹੜਾ ਹੈ ਇਹਦੇ ਚਾਂਸਿਸ, ਹੀਟ ਸਟ੍ਰੋਕ ਜਿਹਨੂੰ ਆਪਾਂ ਸਨ ਸਟ੍ਰੋਕ ਵੀ ਕਹਿੰਦੇ ਹਾਂ, ਉਹਦੇ ਚਾਂਸਿਸ ਕਾਫੀ ਜ਼ਿਆਦਾ ਹੋ ਜਾਂਦੇ, ਕਿਉਂਕਿ ਜਿਹੜਾ ਪ੍ਰਚਾਰ ਕਰੇਗਾ ਉਹ ਵੈਸੇ ਵੀ ਚੱਲੇਗਾ ਜਾਂ ਡਰਾਈਵ ਕਰੇਗਾ, ਕੁਛ ਵੀ ਕਰੇਗਾ, ਤਾਂ ਉਹਦੇ ਵਿੱਚ ਉਹਦੀ ਐਗਜ਼ਰਸ਼ਨ ਵੀ ਜ਼ਿਆਦਾ, ਉੱਪਰੋਂ ਗਰਮੀ ਹੈ, ਤਾਂ ਇਹ ਚੀਜ਼ ਨੁਕਸਾਨ ਕਰ ਸਕਦੀ ਹੈ। ਬਾਕੀ ਇਹੀ ਹੈ ਕਿ ਜਿਹੜੀ ਚੀਜ਼ ਜਦੋਂ ਜਾ ਵੀ ਰਹੇ ਹੋ, ਕਿਉਂਕਿ ਟੈਂਪਰੇਚਰ ਤਾਂ ਦੇਖੋ ਕਾਫੀ ਜ਼ਿਆਦਾ ਈਵਨਿੰਗ ਤੱਕ ਵੀ ਹੁੰਦਾ, ਪਾਣੀ ਅੱਛਾ ਪੀਓ, ਲੈ ਨਿੰਬੂ ਪਾਣੀ ਪੀਓ, ਕੱਚੀ ਲੱਸੀ ਲਓ, ਇਹ ਚੀਜ਼ਾਂ ਮਤਲਬ ਆਪਣੀ ਬਾਡੀ ਨੂੰ ਹਾਈਡਰੇਟਡ ਰੱਖੋ, ਤਾਂ ਕਿ ਤੁਸੀਂ ਅਗਰ ਜਿਹੜੀ ਗਰਮੀਆਂ ਨੂੰ ਬਰਦਾਸ਼ਤ ਕਰ ਸਕੇ ਤੁਹਾਡੀ ਬਾਡੀ। ਸੋ ਮੈਮ, ਇੱਕ ਰਿਸਰਚ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਦਹੀਂ ਘੱਟ ਖਾਣੀ ਚਾਹੀਦੀ ਹੈ, ਲੱਸੀ ਜ਼ਿਆਦਾ ਪੀਣੀ ਚਾਹੀਦੀ ਹੈ, ਇਦਾਂ ਕਿਉਂ ਹੁੰਦਾ? ਦੇਖੋ, ਦਹੀਂ ਔਰ ਲੱਸੀ, ਦਹੀਂ ਤੋਂ ਹੀ ਆਪਾਂ ਲੱਸੀ ਬਣਾਉਂਦੇ ਹਾਂ, ਕੋਈ ਐਸੀ ਉਹ ਤਾਂ ਡਿਫਰੈਂਸ ਨਹੀਂ ਹੈ, ਬਟ ਇਹ ਹੈ ਕਿ ਕੁਛ ਜਿਹੜੀਆਂ ਰਿਸਰਚਿਸ ਹੁੰਦੀਆਂ ਨੇ ਉਹਨਾਂ ਵਿੱਚ ਕੋਈ ਨਾ ਕੋਈ ਚੇਂਜਿਸ ਟਾਈਮ ਨਾਲ ਆਉਂਦੀ ਰਹਿੰਦੀ ਹੈ ਕਿ ਇਹ ਚੀਜ਼ ਅੱਛੀ ਹੈ, ਇਹ ਚੀਜ਼ ਨਹੀਂ ਅੱਛੀ। ਮੇ ਬੀ ਕੋਈ ਉਹਨਾਂ ਨੂੰ ਇਹਦੇ 'ਚ ਲੱਗ ਰਿਹਾ ਹੋਏਗਾ ਕਿ ਅਗਰ ਅਸੀਂ ਥੋੜ੍ਹੀ ਜਿਹੀ ਡਾਇਲੂਟਿਡ ਫਾਰਮ 'ਚ ਲੈ ਲਈਏ ਤਾਂ ਉਹ ਬੈਟਰ ਹੈ ਬਾਡੀ ਲਈ ਜੀ। ਜੇ ਗੱਲ ਕਰੀਏ ਬੱਚੇ ਸਕੂਲ ਜਾਂਦੇ ਨੇ, ਅਸੈਂਬਲੀ ਦੇ ਵਿੱਚ ਬਹੁਤ ਵਾਰ ਹੁੰਦਾ ਬੱਚੇ ਗਿਰ ਜਾਂਦੇ ਨੇ ਗਰਮੀ ਦੇ ਨਾਲ, ਸੋ ਉਹਨਾਂ ਨੂੰ ਵੀ ਬਸ ਲੈਮਨ ਵਾਟਰ ਦੇਣਾ ਚਾਹੀਦਾ ਜਾਂ ਹੋਰ ਵੀ ਕੋਈ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ? ਦੇਖੋ, ਜਦੋਂ ਬੱਚਾ ਗਿਰ ਜਾਂਦਾ ਇੱਕਦਮ, ਤਾਂ ਉਹਦੀ ਮਤਲਬ ਕੀ ਹੈ ਕਿ ਬਾਡੀ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਲੋਅ ਹੋਇਆ, ਬ੍ਰੇਨ ਨੂੰ ਜਿਹੜੀ ਸਪਲਾਈ ਬਲੱਡ ਦੀ ਇੱਕਦਮ ਖਤਮ ਹੋਈ ਹੈ, ਤਾਂ ਹੀ ਬੱਚਾ ਗਿਰਿਆ, ਠੀਕ ਹੈ ਨਾ। ਅਤੇ ਕਦੇ ਵੀ ਉਹਨੂੰ ਇੱਕਦਮ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕਰੋ, ਜਿਹੜਾ ਬੱਚਾ ਬੇਹੋਸ਼ ਹੋਇਆ ਉਹਨੂੰ ਸਿੱਧਾ ਲਟਾਓ, ਉਹਦੇ ਸ਼ੂਜ਼ ਸੌਕਸ ਵਗੈਰਾ ਉਤਾਰ ਦਿਓ, ਖੁੱਲ੍ਹੀ ਹਵਾ ਆਉਣ ਦਿਓ, ਤਾਂ ਕਿ ਬੱਚਾ ਜਦੋਂ ਥੋੜ੍ਹਾ ਜਿਹਾ ਲੱਗੇ ਕਿ ਹਾਂ ਇਹ ਬੈਟਰ ਹੋਇਆ, ਫਿਰ ਉਹਨੂੰ ਥੋੜ੍ਹਾ ਬਹੁਤ ਮੂੰਹ 'ਚ ਜੋ ਵੀ, ਔਰ ਕਦੇ ਵੀ ਲੇਟੇ ਹੋਏ ਬੱਚੇ ਦੇ ਮੂੰਹ 'ਚ ਕੋਈ ਚੀਜ਼ ਨਹੀਂ ਪਾਣੀ ਚਾਹੀਦੀ, ਕਿਉਂਕਿ ਉਹ ਸਾਹ ਵਾਲੀ ਨਾਲ ਵੀ ਜਾਣ ਦਾ ਡਰ ਹੁੰਦਾ, ਠੀਕ ਹੈ ਨਾ। ਥੋੜ੍ਹਾ ਬੱਚਾ ਜੋ ਲੱਗੇ ਕਿ ਹਾਂ ਕਿ ਬੈਟਰ ਹੈ, ਥੋੜ੍ਹਾ ਇਹਨੂੰ ਹੋਸ਼ ਆ ਰਹੀ ਹੈ, ਉਹਨੂੰ ਥੋੜ੍ਹਾ ਸਿਰ ਉੱਚਾ ਕਰਕੇ ਫਿਰ ਉਹਦੇ ਮੂੰਹ ਵਿੱਚ ਜੋ ਵੀ ਤੁਸੀਂ
ORS ਪਾਓ ਜਾਂ ਪਾਣੀ ਪਾਓ ਜੋ ਵੀ, ਇੱਕਦਮ ਖੜਾ ਵੀ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਸੋ ਜੇ ਗੱਲ ਕਰੀਏ ਮੈਮ ਇਸ ਮੌਸਮ ਦੇ ਵਿੱਚ, ਕਿਉਂਕਿ ਲੋ ਇੰਨੀ ਜ਼ਿਆਦਾ ਚੱਲਦੀ ਹੈ, ਸੋ ਇਸ ਮੌਸਮ ਦੇ ਵਿੱਚ ਬਾਹਰਲੀ ਕਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਤੁਸੀਂ ਕਹੋਗੇ ਅਵੋਇਡ ਕਰਨਾ ਚਾਹੀਦਾ? ਦੇਖੋ ਜਿਹੜਾ ਟੈਂਪਰੇਚਰ ਗਰਮੀ ਦਾ ਹੈ, ਇਹਦੇ ਵਿੱਚ ਉਨਾ ਜ਼ਿਆਦਾ ਬੈਕਟੀਰੀਆ ਜਲਦੀ ਗਰੋ ਕਰਦਾ, ਖਾਸ ਕਰਕੇ ਉਹਨਾਂ ਚੀਜ਼ਾਂ ਵਿੱਚ ਜਿਹੜੀਆਂ ਗਰਮ ਨਹੀਂ ਹੈ, ਜਿਹੜੀ ਅਸੀਂ ਠੰਡੀ ਕੋਈ ਵੀ ਚੀਜ਼ ਬਾਹਰੋਂ ਖਾ ਰਹੇ ਹਾਂ, ਕੋਈ ਕੁਲਫੀ ਹੈ, ਕੋਈ ਜੂਸ ਹੈ, ਕੋਈ ਜਿਵੇਂ ਗੋਲਗੱਪੇ ਦਾ ਪਾਣੀ ਹੈ, ਜਿਹੜੀ ਚੀਜ਼ ਬੋਇਲਡ ਨਹੀਂ ਹੈ, ਜਿਹੜੀ ਲੰਬਾ ਟਾਈਮ ਤੱਕ ਬਿਨਾਂ ਬੋਇਲ ਕੀਤੇ ਅਸੀਂ ਯੂਜ਼ ਕਰ ਰਹੇ ਹਾਂ, ਤਾਂ ਉਹਨਾਂ ਵਿੱਚ ਬੈਕਟੀਰੀਆ ਉਨੀ ਜਲਦੀ ਗਰੋ ਕਰਦਾ ਹੈ ਇਸ ਮੌਸਮ ਜਿਹੜਾ ਗਰਮੀ ਦਾ ਟੈਂਪਰੇਚਰ ਹੈ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਿਹੜੀਆਂ, ਤਾਂ ਹੀ ਇਸ ਮੌਸਮ ਜ਼ਿਆਦਾ ਪ੍ਰੋਬਲਮਸ ਫੂਡ ਪੋਇਜ਼ਨਿੰਗ ਦੀਆਂ, ਡਾਇਰੀਆ, ਡਾਇਸੈਂਟਰੀ, ਟਾਈਫਾਈਡ, ਇਹ ਚੀਜ਼ਾਂ ਜ਼ਿਆਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਲਾਸਟ ਦੇ ਵਿੱਚ ਕਿਹੜੀਆਂ ਟਿਪਸ ਤੁਸੀਂ ਐਸੀਆਂ ਦੇਣੀਆਂ ਚਾਹੋਗੇ ਦਰਸ਼ਕਾਂ ਨੂੰ ਜੋ ਵੱਡਿਆਂ ਦੇ ਵੀ ਅਤੇ ਬੱਚਿਆਂ ਦੇ ਵੀ ਸਭ ਦੇ ਲਈ ਕੰਮ ਆਉਣ? ਦੇਖੋ ਇਹ ਮੌਸਮ ਜੋ ਗਰਮੀ ਦਾ, ਇਹਦੇ 'ਚ ਵੱਡੇ ਜਾਂ ਬੱਚੇ ਆ ਜੋ ਵੀ ਬਾਹਰ ਜਾ ਰਿਹਾ, ਆਪਣੀ ਬੋਡੀ ਦੀ ਨੀਡਸ ਦੇ ਹਿਸਾਬ ਨਾਲ, ਜੋ ਅਗਰ ਤੁਸੀਂ ਜ਼ਿਆਦਾ ਲੇਬਰ ਵਰਕ ਕਰ ਰਹੇ ਹੋ ਤਾਂ, ਜਾਂ ਤੁਸੀਂ ਗਰਮੀ ਜ਼ਿਆਦਾ ਟਾਈਮ ਰਹਿ ਰਹੇ ਹੋ ਤਾਂ, ਆਪਣੀ ਬੋਡੀ ਨੂੰ ਅੱਛਾ ਹਾਈਡਰੇਸ਼ਨ ਦਿਓ। ਤੁਸੀਂ ਕਿਸੇ ਵੀ ਸਿੰਪਲ ਪਾਣੀ ਪੀ ਸਕਦੇ ਹੋ, ਪਾਣੀ ਪੀਓ, ਅਗਰ ਨਿੰਬੂ ਦਾ ਪਾਣੀ ਪਸੰਦ ਹੈ, ਜੋ ਵੀ ਮਤਲਬ ਇਹ ਚੀਜ਼ ਹੈ ਇਹ ਲਓ। ਬਾਕੀ ਆਪਣੀ ਡਾਇਟ ਵਿੱਚ ਜੋ ਵੀ ਹੈਲਦੀ ਚੀਜ਼ਾਂ ਜਿਵੇਂ ਅੱਜ ਕੱਲ੍ਹ ਦੀਆਂ ਜੋ ਮੌਸਮੀ ਸਬਜ਼ੀਆਂ ਉਹ ਖਾਣੀਆਂ ਚਾਹੀਦੀਆਂ, ਬਟ ਇਹ ਸਭ ਤੋਂ ਜ਼ਰੂਰੀ ਇਹ ਹੈ ਕਿ ਇਸ ਮੌਸਮ ਦੇ ਵਿੱਚ ਬੋਡੀ ਦੀ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਡੀਹਾਈਡਰੇਟਿਡ ਫੀਲ ਕਰ ਰਹੇ ਹੋ ਤਾਂ ਤੁਹਾਨੂੰ ਕਦੇ ਵੀ ਚੱਕਰ ਆ ਸਕਦਾ, ਕਦੇ ਵੀ ਮਤਲਬ ਫੇਂਟ ਫੀਲਿੰਗ ਮਹਿਸੂਸ ਹੋ ਸਕਦੀ ਹੈ, ਇਸ ਕਰਕੇ ਬੋਡੀ ਦੀ ਹਾਈਡਰੇਸ਼ਨ ਇਸ ਮੌਸਮ ਵਿੱਚ ਬਹੁਤ ਜ਼ਰੂਰੀ ਹੈ। ਸੋ ਤੁਹਾਡੀ ਗੱਲਬਾਤ ਕਰ ਦਿੱਤੀ ਹੈ ਮੈਮ ਦੇ ਨਾਲ, ਸੋ ਮੈਮ ਨੇ ਕਾਫੀ ਟਿਪਸ ਵੀ ਦਿੱਤੀਆਂ ਨੇ, ਐਂਡ ORS ਪੀਓ, ਲੈਮਨ ਵਾਟਰ ਪੀਓ, ਲੱਸੀ ਵੀ ਤੁਸੀਂ ਪੀ ਸਕਦੇ ਹੋ, ਤੇ ਬੱਚਿਆਂ ਦੇ ਲਈ ਵੀ ਕਾਫੀ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ। ਐਂਡ ਪ੍ਰਚਾਰ ਦੇ ਲਈ ਜੇਕਰ ਕੋਈ ਕੈਂਡੀਡੇਟਸ ਜਾ ਰਹੇ ਨੇ, ਸੋ ਉਹ ਵੀ ਇਹਨਾਂ ਸੀਜ਼ਨ ਦਾ ਧਿਆਨ ਰੱਖਣ ਤੇ ਸਾਰੇ ਚੀਜ਼ ਦਾ ਧਿਆਨ ਰੱਖਣ, ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਦਮਨਜੋਤ, ਕੈਮਰਾਮੈਨ ਵਿਪਨ ਮਸੀ ਦੇ ਨਾਲ।